ਦੋਸਤੋ ਸਾਡੀ ਬੇਸਿਕ ਕੁਆਲੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਸਾਡਾ ਜਿਹੜਾ ਸਭ ਤੋਂ ਮੇਨ ਟਾਰਗੇਟ ਹੁੰਦਾ ਉਹ ਜੋਬ ਕਰਨ ਦਾ ਹੁੰਦਾ ਉਹਦੇ ਲਈ ਸਾਡੇ ਵਿੱਚੋਂ ਸਾਡੇ ਅਸੀਂ ਜਾਂ ਤੁਸੀਂ ਕਈ ਵਾਰੀ ਇੰਟਰਵਿਊ ਦੇ ਲਈ ਜਾਂਦੇ ਹਾਂ ਬਟ ਜਿਸ ਟਾਈਮ ਅਸੀਂ ਇੰਟਰਵਿਊ ਕੰਡਕਟ ਕਰਦੇ ਹਾਂ ਉਸ ਟਾਈਮ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਵਿੱਚ ਕਿਹੜੀਆਂ ਕਿਹੜੀਆਂ ਸ਼ੋਰਟਕਮਿੰਗਸ ਨੇ ਅਤੇ ਅਕੋਰਡਿੰਗ ਟੂ ਦਾ ਕੰਪਨੀ ਪ੍ਰੋਫਾਈਲ ਐਂਡ ਅਕੋਰਡਿੰਗ ਟੂ ਦਾ ਪ੍ਰੋਫਾਈਲ ਔਫਰ ਟੂ ਅਸ ਸਾਡੇ ਵਿੱਚ ਕਿਹੜੀਆਂ ਕਮੀਆਂ ਨੇ ਅਤੇ ਅਸੀਂ ਉਹਨਾਂ ਨੂੰ ਫੁਲਫਿਲ ਨਹੀਂ ਕਰ ਪਾ ਰਹੇ ਦੈਨ ਅਸੀਂ ਇੰਟਰਵਿਊ ਤੋਂ ਬਾਹਰ ਹੋ ਜਾਂਦੇ ਹਾਂ ਅਤੇ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਿਵੇਂ ਕਰਨਾ ਅਤੇ ਕਿਵੇਂ ਇੰਟਰਵਿਊ ਲਈ ਪ੍ਰਿਪੇਅਰ ਕਰਨਾ ਸਿੱਖਾਂਗੇ ਅੱਜ ਦੀ ਵੀਡੀਓ ਵਿੱਚ ਤੁਸੀਂ ਜੁੜੇ ਰਹੋ ਸਾਡੇ ਚੈਨਲ ਦਾ ਨਾਮ ਆਫਟਰ ਸਕੂਲ ਐਜੂਕੇਸ਼ਨ ਦਾ ਨਾਮ ਅਤੇ ਦੇਖਦੇ ਰਹੋ ਵੀਡੀਓ ਸੋ ਜਿਵੇਂ ਹੀ ਇੰਟਰਵਿਊ ਦੇ ਲਈ ਤੁਹਾਨੂੰ ਕਾਲ ਆਉਂਦੀ ਹੈ ਉਸ ਟਾਈਮ ਸਭ ਤੋਂ ਜਿਹੜਾ ਮੇਨ ਪੁਆਇੰਟ ਹੈਗਾ ਅਨਾਲਿਸਿਸ ਆਫ ਜੋਬ ਤੁਹਾਨੂੰ ਕਿਸ ਕਿਸਮ ਦੀ ਜੋਬ ਮਿਲ ਰਹੀ ਹੈ ਉਹਦੇ ਲਈ ਕੀ ਕੁਆਲੀਫਿਕੇਸ਼ਨ ਰਿਕੁਆਇਰਡ ਨੇ ਅਤੇ ਕੀ ਤੁਹਾਡੀ ਜੋਬ ਪ੍ਰੋਫਾਈਲ ਹੋਏਗੀ ਅਤੇ ਕੀ ਉਹਦੇ ਵਿੱਚ ਤੁਹਾਡੇ ਸਕਿੱਲਸ ਰਿਕੁਆਇਰਡ ਨੇ ਅਤੇ ਇਹ ਸਾਰੀਆਂ ਚੀਜ਼ਾਂ ਦਾ ਅਨਾਲਿਸਿਸ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਸਭ ਤੋਂ ਪਹਿਲਾਂ ਤੁਸੀਂ ਅਨਾਲਿਸਿਸ ਕਰਨਾ ਈਵਨ ਤੁਸੀਂ ਜੋਬ ਨੂੰ ਨਿਊਜ਼ਪੇਪਰ ਤੋਂ ਔਨਲਾਈਨ ਜਾਂ ਕਿਸੇ ਸਾਈਟ ਤੋਂ ਔਰ ਐਨੀ ਕਾਇੰਡ ਆਫ ਟੈਲੀਫੋਨਿਕ ਇੰਟਰਵਿਊ ਉਹਦੇ ਲਈ ਤੁਹਾਡੇ ਲਈ ਇਹ ਡਿਟੇਲ ਹੋਣੀ ਜ਼ਰੂਰੀ ਹੈ ਤੁਸੀਂ ਪੁੱਛ ਸਕਦੇ ਹੋ ਸਰਚ ਕਰ ਸਕਦੇ ਹੋ ਉਸਦੇ ਲਈ ਅਤੇ ਸੈਕਿੰਡ ਹੈਗਾ ਕਿ ਤੁਸੀਂ ਉਸ ਜਿਹੜੇ ਵੀ ਕੁਆਲੀਫਿਕੇਸ਼ਨ ਐਂਡ ਸਕਿੱਲਸ ਰਿਕੁਆਇਰਡ ਨੇ ਉਹਨਾਂ ਦਾ ਮੈਚ ਕਰਨਾ ਹੈ ਆਪਣੇ ਸਕਿੱਲਸ ਦੇ ਨਾਲ ਜਿੰਨੇ ਵੀ ਤੁਹਾਡੇ ਮੈਕਸੀਮਮ ਸਕਿੱਲਸ ਉਸ ਜੋਬ ਦੀ ਪ੍ਰੋਫਾਈਲ ਐਂਡ ਕੰਪਨੀ ਦੇ ਨਾਲ ਮੈਚ ਕਰਦੇ ਹੋਣਗੇ ਤੁਹਾਡੇ ਇੰਟਰਵਿਊ ਦੇ ਵਿੱਚ ਕਲੀਅਰ ਕਰਨ ਦੇ ਜਿਹੜੇ ਚਾਂਸ ਉਨੇ ਜ਼ਿਆਦਾ ਵੱਧਦੇ ਰਹਿਣਗੇ ਐਂਡ ਬਾਕੀ ਜਿਹੜਾ ਡਿਪੈਂਡ ਕਰਦਾ ਤੁਹਾਡੀ ਇੰਟਰਵਿਊ ਦੇ ਵਿੱਚ ਪਰਫੋਰਮੈਂਸ ਐਂਡ ਤੁਹਾਡੇ ਜੋਬ ਡਿਸਕ੍ਰਿਪਸ਼ਨ ਦੇ ਉੱਪਰ ਐਂਡ ਤੁਹਾਡੀ ਜਿਹੜੀ ਪ੍ਰੀਵੀਅਸ ਪ੍ਰੋਫਾਈਲ ਹੈ ਜਿਸ ਪ੍ਰੋਫਾਈਲ 'ਤੇ ਤੁਸੀਂ ਵਰਕ ਕਰ ਰਹੇ ਹੋ ਇਸ ਦੇ ਨਾਲ ਹੀ ਸਾਡੇ ਲਈ ਜ਼ਰੂਰੀ ਹੈ ਜਿਸ ਕੰਪਨੀ ਦੇ ਵਿੱਚ ਅਸੀਂ ਜੋਬ ਇੰਟਰਵਿਊ ਦੇਣ ਜਾ ਰਹੇ ਹਾਂ ਉਹ ਕੰਪਨੀ ਕਿਸ ਟਾਈਪ ਦੀ ਕੰਪਨੀ ਹੈ ਐਂਡ ਉਸਦਾ ਮਾਰਕੀਟ ਵੈਲਿਊ ਕੀ ਹੈ ਕੰਪਨੀ ਦੀ ਮਾਰਕੀਟ ਗੁੱਡਵਿਲ ਕੀ ਹੈ ਵਰਕਿੰਗ ਪ੍ਰੋਫਾਈਲ ਕੀ ਹੈ ਕੰਪਨੀ ਦੀ ਐਂਡ ਕੰਪਨੀ ਕਿਸ ਤਰੀਕੇ ਨਾਲ ਕੰਮ ਕਰੀ ਹੈ ਐਂਡ ਕੰਪਨੀ ਦੇ ਪੁਰਾਣਾ ਸਟਾਫ ਐਂਡ ਫੰਕਸ਼ਨਿੰਗ ਐਂਡ ਜੋਬ ਪ੍ਰੋਫਾਈਲ ਕੀ ਬੈਨੀਫਿਟ ਦੇ ਰਹੀ ਹੈ ਕੰਪਨੀ ਅਤੇ ਇਹ ਸਾਰੀਆਂ ਚੀਜ਼ਾਂ ਦਾ ਤੁਹਾਡੇ ਲਈ ਨੌਲੇਜ ਹੋਣਾ ਵੀ ਕਾਫੀ ਜ਼ਰੂਰੀ ਹੈ ਕਿਉਂਕਿ ਤੁਸੀਂ ਅਗਰ ਫਰੈਸ਼ਰ ਹੋ ਤੁਹਾਡੇ ਲਈ ਕੰਪਨੀ ਨਿਊ ਹੈ ਅਗਰ ਤੁਸੀਂ ਐਕਸਪੀਰੀਅੰਸਡ ਹੋ ਤੁਹਾਡੇ ਲਈ ਇੱਕ ਕੰਪਨੀ ਨੂੰ ਛੱਡ ਕੇ ਦੂਸਰੀ ਕੰਪਨੀ ਦੇ ਵਿੱਚ ਜਾਣਾ ਬੈਨੀਫਿਸ਼ੀਅਲ ਹੋਏਗਾ ਜਾਂ ਨਹੀਂ ਹੋਏਗਾ ਕਈ ਵਾਰ ਇੱਦਾਂ ਹੁੰਦਾ ਹੈ ਕਿ ਤੁਸੀਂ ਕਿਸੇ ਪ੍ਰੋਫਾਈਲ 'ਤੇ ਕੰਮ ਕਰ ਰਹੇ ਹੋ ਤੁਹਾਡੀ ਸੈਲਰੀ ਥੋੜ੍ਹੀ ਘੱਟ ਹੈ ਬਟ ਤੁਸੀਂ ਦੂਸਰੀ ਕੰਪਨੀ ਸ਼ਿਫਟ ਕਰ ਰਹੇ ਹੋ ਐਂਡ ਉੱਥੇ ਤੁਹਾਨੂੰ ਸੈਲਰੀ ਵੱਧ ਮਿਲ ਰਹੀ ਹੈ ਬਟ ਕੰਪਨੀ ਪ੍ਰੋਫਾਈਲ ਇਜ਼ ਨੋਟ ਗੁੱਡ ਐਟ ਆਲ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੰਪਨੀ ਡੇਂਜਰ ਦੇ ਵਿੱਚ ਹੈ ਬਟ ਤੁਹਾਨੂੰ ਉਸਦੇ ਲਈ ਸੋਚਣਾ ਹੋਏਗਾ ਤੁਸੀਂ ਉਸੀ ਕੰਪਨੀ ਦੇ ਵਿੱਚ ਰਹੋ ਜਾਂ ਤੁਸੀਂ ਕੰਪਨੀ ਸ਼ਿਫਟ ਕਰੋਗੇ ਤੁਹਾਡੇ ਲਈ ਖਤਰਾ ਤਾਂ ਨਹੀਂ ਹੋਏਗਾ ਇਨ ਫਿਊਚਰ ਤੁਹਾਡੀ ਜੋਬ ਪ੍ਰੋਫਾਈਲ ਦੇ ਲਈ ਐਂਡ ਫੋਰਥ ਅਸੀਂ ਗੱਲ ਕਰਾਂਗੇ ਕਿ ਸਾਨੂੰ ਜਿਵੇਂ ਹੀ ਇਸ ਚੀਜ਼ ਦਾ ਪਤਾ ਲੱਗਦਾ ਹੈ ਸ਼ਡਿਊਲ ਦਾ ਅਤੇ ਅਸੀਂ ਇੰਟਰਵਿਊ ਦੇ ਲਈ ਪ੍ਰਿਪਰੇਸ਼ਨ ਕਰੀਏ ਜਿੰਨੇ ਵੀ ਸਾਨੂੰ ਕੰਪਨੀ ਦੇ ਵਿੱਚ ਤੁਹਾਡੀ ਪ੍ਰੋਫਾਈਲ ਐਂਡ ਰਿਕੁਆਇਰਡ ਸਕਿੱਲਸ ਹੈ ਸਾਨੂੰ ਸਾਰੇ ਪਤਾ ਨੇ ਅਸੀਂ ਉਹਨਾਂ ਸਾਰੇ ਸਕਿੱਲਸ ਦੇ ਅਕੋਰਡਿੰਗ ਜਿੰਨੇ ਵੀ ਸਾਡੇ ਸਕਿੱਲ ਮੈਚ ਕਰਦੇ ਨੇ ਇੰਟਰਵਿਊ ਦੀ ਪ੍ਰੈਕਟਿਸ ਕਰਨਾ ਸਟਾਰਟ ਕਰੀਏ ਐਂਡ ਉਸਦੇ ਲਈ ਅਸੀਂ ਪ੍ਰੈਕਟਿਸ ਅਸੀਂ ਸੈਲਫ ਤੋਂ ਕਰ ਸਕਦੇ ਹਾਂ ਜਾਂ ਆਪਣੇ ਫਰੈਂਡਸ ਦੇ ਨਾਲ ਮਿਲ ਕੇ ਕਰ ਸਕਦੇ ਹਾਂ ਔਰ ਮੌਕ ਇੰਟਰਵਿਊ ਦੀ ਪ੍ਰੈਕਟਿਸ ਕਰ ਸਕਦੇ ਹਾਂ ਦੈਨ ਅਗਰ ਉਹਨਾਂ 'ਚੋਂ ਕੋਈ ਸਕਿੱਲ ਸਾਡਾ ਸ਼ੋਰਟ ਹੋ ਰਿਹਾ ਹੈ ਜਾਂ ਸਾਡੇ ਵਿੱਚ ਉਹ ਸਕਿੱਲ ਨਹੀਂ ਹੈਗਾ ਉਹਨੂੰ ਡਿਵੈਲਪ ਕਰਨ ਦੀ ਅਸੀਂ ਕੋਸ਼ਿਸ਼ ਵੀ ਕਰ ਸਕਦੇ ਹਾਂ ਬਿਫੋਰ ਇੰਟਰਵਿਊ ਗੈਟਅਪ ਇੰਟਰਵਿਊ ਦੇ ਜਾਣ ਦੇ ਲਈ ਇੰਟਰਵਿਊ ਤੁਹਾਡਾ ਜਿਹੜਾ ਗੈਟਅਪ ਹੈਗਾ ਜਿਵੇਂ ਤੁਸੀਂ ਕੱਪੜੇ ਪਹਿਨ ਰੱਖੇ ਹੋ ਤੁਸੀਂ ਕਿਵੇਂ ਦੇ ਦਿਖ ਰਹੇ ਹੋ ਇਸ ਚੀਜ਼ ਦਾ ਵੀ ਕਾਫੀ ਅਸਰ ਪੈਂਦਾ ਹੈ ਇੰਟਰਵਿਊ 'ਤੇ ਅਗਰ ਤੁਸੀਂ ਜਾ ਰਹੇ ਹੋ ਕਿਸੇ ਫੋਰਮਲ ਇੰਟਰਵਿਊ ਦੇ ਲਈ ਓਬਵੀਅਸਲੀ ਤੁਸੀਂ ਫੋਰਮਲ ਹੀ ਪਹਿਨ ਕੇ ਜਾਓਗੇ ਬਟ ਅਗਰ ਤੁਸੀਂ ਕਿਸੇ ਮੈਨੇਜਰ ਦੀ ਇੰਟਰਵਿਊ ਦੇ ਲਈ ਜਾ ਰਹੇ ਤਾਂ ਓਬਵੀਅਸਲੀ ਤੁਹਾਨੂੰ ਲਾਈਕ ਅ ਮੈਨੇਜਰ ਤਿਆਰ ਹੋ ਕੇ ਹੀ ਜਾਣਾ ਪਵੇਗਾ ਨੋਟ ਲਾਈਕ ਅ ਵੇਟਰ ਅਤੇ ਤੁਹਾਡੀ ਜਿਹੜਾ ਗੈਟਅਪ ਹੈ ਤੁਹਾਡੀ ਇੰਟਰਵਿਊ ਪ੍ਰੋਫਾਈਲ ਦੇ ਅਕੋਰਡਿੰਗ ਹੀ ਹੋਏਗਾ ਜਿਸ ਨੂੰ ਤੁਸੀਂ ਆਲਰੇਡੀ ਅਨਾਲਿਸਿਸ ਕਰ ਚੁੱਕੇ ਹੋ ਅਕੋਰਡਿੰਗ ਟੂ ਅਵਰ ਪੁਆਇੰਟ ਨੰਬਰ 1 ਔਰ ਦੂਸਰਾ ਹੈ ਅਸੀਂ ਇੰਟਰਵਿਊ ਦੇ ਉੱਪਰ ਕੀ ਲੈ ਕੇ ਜਾਈਏ ਲਾਸਟ ਪੁਆਇੰਟ ਹੈ ਇੰਟਰਵਿਊ ਦੇ ਲੈ ਕੇ ਜਾਣ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਰਿਜ਼ਿਊਮੇ ਦੀ ਐਕਸਟਰਾ ਕਾਪੀਜ਼ ਹੋਣਗੀਆਂ ਜ਼ਰੂਰੀ ਨੇ ਕਿਉਂਕਿ ਅਗਰ ਬਾਈ ਚਾਂਸ ਸਾਨੂੰ ਐਕਸਟਰਾ ਕਾਪੀ ਦੀ ਜ਼ਰੂਰਤ ਪੈਂਦੀ ਹੈ ਅਸੀਂ ਉਹ ਡਿਲੀਵਰ ਕਰ ਸਕਦੇ ਹਾਂ ਰੈਲੀਵੈਂਟ ਡਾਕੂਮੈਂਟਸ ਹੋ ਗਏ ਅਗਰ ਤੁਹਾਡਾ ਕੰਪਨੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਰੈਫਰੈਂਸ ਹੈਗਾ ਅਸੀਂ ਰੈਫਰੈਂਸ ਵੀ ਲੈ ਕੇ ਜਾ ਸਕਦੇ ਆਪਣੇ ਨਾਲ ਐਂਡ ਜਿਹੜਾ ਮੇਨ ਪੁਆਇੰਟ ਹੈਗਾ ਇੰਟਰਵਿਊ 'ਤੇ ਹਮੇਸ਼ਾ ਹੀ ਟਾਈਮ ਤੋਂ ਪਹਿਲਾਂ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰੀਏ ਕਿਉਂਕਿ ਅਗਰ ਅਸੀਂ ਇੰਟਰਵਿਊ 'ਤੇ ਟਾਈਮ 'ਤੇ ਪਹਿਲਾਂ ਪਹੁੰਚ ਜਾਵਾਂਗੇ ਅਸੀਂ ਉੱਥੇ ਦੇ ਮਾਹੌਲ ਦੇ ਹੈਬਿਚੁਅਲ ਹੋ ਜਾਵਾਂਗੇ ਸਾਨੂੰ ਕੁਛ ਕੁ ਪ੍ਰੋਸੀਜਰ ਦਾ ਪਤਾ ਲੱਗ ਜਾਏਗਾ ਕਿ ਇੰਟਰਵਿਊ ਕਿਵੇਂ ਹੋ ਰਿਹਾ ਈਵਨ ਸਾਨੂੰ ਰੈਸਟ ਅਤੇ ਰਿਫਰੈਸ਼ ਹੋਣ ਦੀ ਥੋੜ੍ਹੀ ਮੌਕਾ ਮਿਲੇਗਾ ਕਿਉਂਕਿ ਅਗਰ ਤੁਸੀਂ ਦੂਰ ਦਾ ਸਫ਼ਰ ਕਰਕੇ ਇੰਟਰਵਿਊ ਦੇ ਲਈ ਜਾ ਰਹੇ ਹੋ ਜਿੱਥੇ ਤੁਹਾਨੂੰ ਕਮ ਸੇ ਕਮ 2 ਤੋਂ 3 ਘੰਟੇ ਦਾ ਸਫ਼ਰ ਕਰਨਾ ਪਿਆ ਇੰਟਰਵਿਊ ਦੇ ਲਈ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਉੱਥੇ ਜਾ ਕੇ ਰੈਸਟ ਕਰ ਸਕਦੇ ਹੋ ਰਿਲੈਕਸ ਹੋ ਸਕਦੇ ਹੋ ਤੁਹਾਡਾ ਜਿਹੜਾ ਹਾਰਟ ਬੀਟ ਔਰ ਬੋਡੀ ਦਾ ਜਿਹੜਾ ਰਿਲੈਕਸੇਸ਼ਨ ਮਾਇੰਡ ਦਾ ਉਹ ਪੂਰਾ ਸੈੱਟ ਹੋ ਜਾਏਗਾ ਤਾਂ ਕਿ ਤੁਸੀਂ ਇੰਟਰਵਿਊ ਪ੍ਰੈਕਟਲੀ
ਕੰਡਕਟ ਕਰ ਸਕੋ ਐਂਡ ਮੇਨ ਹੈ ਜਦੋਂ ਜਿਸ ਟਾਈਮ ਇੰਟਰਵਿਊ ਹੋ ਲੈਂਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਕੁਐਸਚਨ ਪੁੱਟ ਕਰਨਾ ਨਾ ਭੁੱਲੋ। ਤੁਸੀਂ ਆਪਣੇ ਜੋ ਵੀ ਕੁਐਸਚਨ ਰਿਕੁਆਇਰਡ ਨੇ ਉਸ ਇੰਟਰਵਿਊ ਦੇ ਲਈ ਜਿਸ ਟਾਈਮ ਤੁਸੀਂ ਐਨਾਲਿਸਿਸ ਕੀਤਾ ਸੀਗਾ ਤੁਹਾਡੇ ਦਿਮਾਗ ਦੇ ਵਿੱਚ ਆਏ ਹੋਣਗੇ, ਉਹਨਾਂ ਨੂੰ ਜ਼ਰੂਰ ਆਪਣੇ ਕੋਲ ਨੋਟਬੁੱਕ ਦੇ ਉੱਪਰ ਨੋਟ ਰੱਖੋ ਅਤੇ ਡਿਊਰਿੰਗ ਇੰਟਰਵਿਊ ਤੁਸੀਂ ਇੰਟਰਵਿਊਰ ਨੂੰ ਪੁੱਛ ਸਕਦੇ ਹੋ। ਅਤੇ ਡਿਊਰਿੰਗ ਇੰਟਰਵਿਊ ਕਿਵੇਂ ਕੰਡਕਟ ਕਰਨੀ ਹੈ, ਕਿਵੇਂ ਕੁਐਸਚਨਾਂ ਦੇ ਆਂਸਰ ਦੇਣੇ, ਉਸਦੇ ਲਈ ਅਸੀਂ ਅਲੱਗ ਵੀਡੀਓ ਬਣਾਵਾਂਗੇ। ਅਗਰ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਤੁਹਾਡੇ ਅਗਰ ਕੋਈ ਐਡਵਾਈਸ ਹੈਗਾ ਤੁਸੀਂ ਸਾਨੂੰ ਦੇ ਸਕਦੇ ਹੋ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ। ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।